ਏਟੀਐਮ ਦੀ ਠੱਗੀ ਮਾਰ ਕੇ 2,13,000 ਕਢਵਾਏ। ਏਟੀਐਮ ਤੋਂ ਠੱਗੀ ਮਾਰ ਕੇ ਪੈਸੇ ਕਢਵਾਉਣ ਦੇ ਮਾਮਲੇ ਦਿਨ ਬਦਿਨ ਵੱਧ ਰਹੇ ਹਨ। ਅਜਿਹਾ ਇੱਕ ਠੱਗੀ ਦਾ ਮਾਮਲਾ ਆਇਆ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਫਾਰਮਾਸਿਸਟ ਮਹਿਲਾ ਕਰਮਚਾਰੀ ਸੁਨੀਤਾ ਰਾਣੀ ਦਾ, ਜਿਸ ਦੀ ਮੋਗਾ ਦੀ SBI ਬੈਂਕ ਵਿੱਚ ਖਾਤਾ ਹੈ। ਇੱਕ ਦਿਨ ਉਹ ਏਟੀਐਮ 'ਚੋਂ ਪੈਸੇ ਕਢਵਾਉਣ ਗਈ ਤਾਂ ਉੱਥੇ ਖੜ੍ਹੇ ਦੋ ਨੌਜਵਾਨਾਂ ਨੇ ਉਸ ਦਾ ਏਟੀਐਮ ਬਦਲ ਲਿਆ। ਉਸ ਤੋਂ ਬਾਅਦ 3-4 ਦਿਨਾਂ ਵਿੱਚ ਉਸਦੇ ਖਾਤੇ ਵਿੱਚੋਂ 2,13,000 ਕਢਵਾਏ ਗਏ। ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਅਤੇ CCTV ਦੇ ਆਧਾਰ 'ਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕੀਤੀ ਹੈ। ਸਰ, 28 ਤਰੀਕ ਨੂੰ 28/7 ਸ਼ਾਮ ਨੂੰ 8 ਵਜੇ ਮੈਂ ਅਤੇ ਮੇਰੇ ਹਸਬੈਂਡ HDFC ਬੈਂਕ, ਜਿਹੜਾ ਖਾਲਸਾ ਰੋਡ 'ਤੇ ਹੈ, ਉੱਥੇ ਨਾ ਪੈਸੇ ਕਢਾਉਣ ਗਏ। ਉੱਥੇ ਨਾ ਪਹਿਲਾਂ ਇੱਕ ਬੰਦਾ ਬੈਠਾ ਸੀ ਅਤੇ ਅਸੀਂ ਉਹਨੂੰ ਪੁੱਛਿਆ ਵੀ ਤੂੰ ਕੌਣ ਹੈ? ਉਹ ਕਹਿੰਦਾ ਮੈਂ ਗਾਰਡ ਹਾਂ। ਪਰ ਉਹ ਉਸ ਤੋਂ ਬਾਅਦ ਉਹ ਬਾਹਰ ਚਲਾ ਗਿਆ ਅਤੇ ਅਸੀਂ ਨਾ ਪੈਸੇ, ਮਤਲਬ 1,000 ਰੁਪਇਆ ਕਢਾਇਆ ਅਤੇ ਸਕਰੀਨ 'ਤੇ 3,00,000 ਸਮਥਿੰਗ ਸਾਡਾ ਸ਼ੋਅ ਹੋ ਰਿਹਾ ਸੀ, ਪਰ ਮਿੰਨੀ ਸਟੇਟਮੈਂਟ ਨਹੀਂ ਨਿਕਲੀ। ਦੂਜੀ ਵਾਰ ਪਾਉਣ 'ਤੇ ਵੀ ਨਹੀਂ ਨਿਕਲੀ ਅਤੇ ਜਿਹੜਾ ਏਟੀਐਮ ਸੀ ਉਹ ਮਸ਼ੀਨ ਅੰਦਰ ਖਿੱਚ ਕੇ ਲੈ ਗਈ। 3-4 ਵਾਰ ਪਿੰਨ ਕੋਡ ਦੱਬਣ 'ਤੇ ਵੀ ਏਟੀਐਮ ਮਸ਼ੀਨ 'ਚੋਂ ਕਾਰਡ ਬਾਹਰ ਨਹੀਂ ਆਇਆ ਅਤੇ ਉਹ ਨਾਲ ਵਾਲਾ ਮੁੰਡਾ ਕਹਿੰਦਾ ਕਿ ਮੈਂ ਕੱਢ ਦਿੰਦਾ ਵਾਂ। ਇਹ ਕਹਿੰਦੇ ਤੂੰ ਕੌਣ ਹੈ? ਕਹਿੰਦਾ ਮੈਂ ਗਾਰਡ ਵਾਂ। ਅਤੇ ਉਸ ਤੋਂ ਬਾਅਦ 3 ਮੁੰਡੇ ਅੰਦਰ ਆ ਗਏ ਅਤੇ ਉਹਨਾਂ ਨੇ ਕਾਰਡ ਕੱਢਣ ਦੇ ਬਹਾਨੇ ਕਾਰਡ ਬਦਲ ਲਿਆ ਅਤੇ ਪਿੱਛੇ ਖੜ੍ਹੇ 3 ਮੁੰਡਿਆਂ ਨੇ ਜਿਹੜਾ ਨੰਬਰ ਸੀ ਉਹ ਯਾਦ ਕਰ ਲਿਆ। ਅਤੇ ਜਦੋਂ ਅਸੀਂ ਆ ਗਏ ਅਤੇ ਸਾਡੇ ਉੱਥੋਂ ਉਹਨਾਂ ਨੇ 19,001 ਅਤੇ 20,001 ਕਢਾ ਲਿਆ ਅਤੇ ਇੱਕ ਬੰਦਾ ਸੁਖਪਾਲ ਸਿੰਘ ਜੀ ਦਾ ਪ੍ਰਧਾਨ ਮੰਤਰੀ ਸਕੀਮ ਹੇਠ ਕਾਰਡ ਬਣਿਆ ਸੀ, ਉਹਦਾ 100 ਰੁਪਇਆ ਹੀ ਸੀਗਾ। ਉਹ ਵੀ ਚੋਰੀ ਦਾ ਸੀ, ਰਾਜਪੁਰੇ ਉੱਥੇ ਰਹਿਣ ਵਾਲਾ ਹੈ, ਬੁੱਢਲਾਡੇ ਦਾ। ਉਹਦਾ ਵੀ ਪੁਲਿਸ ਵਾਲੇ ਨੇ ਪਤਾ ਕੀਤਾ, ਉਹਦਾ ਵੀ ਕਾਰਡ ਚੋਰੀ ਹੋਇਆ ਸੀ। 70,000 ਰੁਪਇਆ ਉਹਦੇ 'ਤੇ ਟ੍ਰਾਂਸਫਰ ਕਰ ਲਿਆ ਅਤੇ ਉਸੇ ਵੇਲੇ ਉਸੇ ਤੋਂ ਵੀ ਕਢਾ ਲਿਆ। ਅਤੇ ਅਸੀਂ ਬਾਅਦ 'ਚ ਦੇਖਿਆ ਉਹ ਵਿਪਨ ਪਾਂਡੇ ਨਾਂ ਦਾ ਜਿਹੜਾ ਕਾਰਡ ਸੀ ਉਹ ਸਾਨੂੰ ਦੇ ਗਿਆ। ਜਦੋਂ ਪਤਾ ਕਰਾਇਆ ਤਾਂ ਪਤਾ ਲੱਗਾ ਵੀ ਜਿਹੜਾ ਵਿਪਨ ਪਾਂਡੇ ਦਾ ਕਾਰਡ ਹੈ ਉਹ ਵੀ ਬਦਲਿਆ ਹੋਇਆ ਸਾਡੇ ਵਾਂਗੂ ਹੀ ਸੀ ਅਤੇ ਉਹ ਸਾਡਾ 3 ਦਿਨਾਂ ਵਿੱਚ 2,13,000 ਰੁਪਇਆ ਕਢਵਾ ਕੇ ਲੈ ਗਿਆ। 15-20 ਦਿਨ ਲਗਾਤਾਰ ਪੁਲਿਸ ਵਾਲਿਆਂ ਦੇ ਜਾਂਦੇ ਰਹੇ। ਪਹਿਲਾਂ ਤਾਂ ਉਹਨਾਂ ਨੇ ਸਾਡੀ FIR ਦਰਜ ਨਹੀਂ ਕੀਤੀ। ਉਸ ਤੋਂ ਬਾਅਦ ਬਠਿੰਡੇ ਅਸੀਂ IG ਸਾਹਿਬ ਨੂੰ ਮਿਲੇ, ਉਹਨਾਂ ਨੇ SSP ਨੂੰ ਫੋਨ ਕੀਤਾ। SSP ਨੇ ASI ਨੂੰ ਫੋਨ ਕਰਕੇ ਸਾਡਾ ਪਰਚਾ ਦਰਜ ਕਰਵਾਇਆ ਅਤੇ ਉਸ ਤੋਂ ਬਾਅਦ ਬੈਂਕਾਂ ਦੇ ਵਿੱਚ ਇੰਨੇ ਚੱਕਰ ਲਾਉਣ ਤੋਂ ਬਾਅਦ ਉਹਨਾਂ ਨੇ ਫੁਟੇਜ ਦਿੱਤੀ। ਕਿਸੇ ਦਾ ਵਿਊ ਸਹੀ ਨਹੀਂ ਸੀ, ਕੋਈ ਉੱਪਰੋਂ ਲਈ ਸੀ, ਇਕੱਲਾ ਸਿਰ ਦਿਖਦਾ ਸੀ ਅਤੇ ਕਈਆਂ ਦੇ ਉਹਦੀ ਸ਼ਕਲ ਕਾਲੀ ਸੀ। ਫਿਰ ਦੁਬਾਰਾ 2-3 ਵਾਰੀ ਫੁਟੇਜ ਬਣਾਉਣ ਦੇ ਫੁਟੇਜ ਕਲੀਅਰ ਆਈ ਅਤੇ ਅੱਜ 1 ਮਹੀਨਾ 3 ਦਿਨ ਬਾਅਦ ਸਾਨੂੰ ਜਾ ਕੇ ਸਾਡੀਆਂ ਫੁਟੇਜ ਕਲੀਅਰ ਮਿਲੀ ਹੈ। ਇਸ ਪ੍ਰੋਸੈਸ ਵਿੱਚ ਸਾਨੂੰ 33 ਦਿਨ ਲੱਗ ਗਏ ਅਤੇ ਹਾਲੇ ਤੱਕ ਸਾਡਾ ਕੇਸ ਕੋਈ ਅੱਗੇ ਨਹੀਂ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਪੁਲਿਸ ਵਾਲਿਆਂ ਨੇ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ। IG ਦੇ ਫੋਨ ਕਰਾਉਣ ਤੋਂ ਬਾਅਦ SSP ਨੇ ਉਹਨਾਂ ਨੂੰ ਝਿੜਕਾਂ ਦਿੱਤੀਆਂ ASI ਨੂੰ ਅਤੇ ਉਸ ਤੋਂ ਬਾਅਦ ਉਹਨਾਂ ਨੇ ਪਰਚਾ ਦਰਜ ਕੀਤਾ ਅਤੇ ਉਹ ਕਹਿਣ ਲੱਗੇ ਕਿ ਅਸੀਂ ਫੁਟੇਜ ਲਿਆਵਾਂਗੇ। ਪਰ ਅਸੀਂ ਆਪ ਜਾ ਕੇ 3 ਵਾਰੀ ਰਾਜਪੁਰੇ ਗਏ, KFC 'ਚ ਗਏ, ਪੈਟਰੋਲ ਪੰਪ ਤੋਂ ਉਹਨਾਂ ਨੇ ਪੈਟਰੋਲ ਪਵਾਇਆ ਸੀ ਉੱਥੇ, ਅਤੇ ਰਾਜਪੁਰੇ ਬੈਂਕ 'ਚੋਂ 40,000 ਰੁਪਇਆ ਕਢਾਇਆ ਸੀ ਰਾਜਪੁਰੇ ਗਏ, ਅਤੇ KFC 'ਚ ਗਏ ਜਿੱਥੇ ਉਹਨਾਂ ਨੇ ਖਾਣਾ ਖਾਧਾ ਸੀ ਉੱਥੇ ਉਹਨਾਂ ਦੀ ਫੁਟੇਜ ਕਢਾਈ, ਅਤੇ ਪੈਟਰੋਲ ਪੰਪ ਤੋਂ 12,470 ਰੁਪਏ ਲਏ ਸੀ। ਪੈਟਰੋਲ ਪੰਪ ਵਾਲਿਆਂ ਕੋਲ ਫੋਟੋਆਂ ਲਿਆਈਆਂ, ਜੀਰਾ ਰੋਡ ਤੋਂ ਲਈਆਂ ਅਤੇ SBI ਤੋਂ ਲਈਆਂ। ਤੁਹਾਡੀ ਕੀ ਮੰਗ ਕੀ ਹੋਣੀ ਚਾਹੀਦੀ? ਸਾਡੀ ਮੰਗ ਹੈ ਵੀ ਉਸ ਬੰਦੇ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਸਾਡੇ ਪੈਸੇ ਵਾਪਸ ਕਰਵਾਏ ਜਾਣ, ਕਿਉਂਕਿ ਉਸ ਤੋਂ ਬਾਅਦ ਵੀ 3-4 ਬੰਦਿਆਂ ਦੇ ਪੈਸੇ ਨਿਕਲੇ ਹਨ ਪਰ ਉਹਨਾਂ ਦੀ ਕੋਈ ਵੀ ਕਾਰਵਾਈ ਨਹੀਂ ਹੋਈ। ਇੱਕ ਲੇਡੀ ਦਾ 1,85,536 ਰੁਪਏ ਨਿਕਲ ਗਏ, ਇੱਕ ਕੋਈ ਉੱਥੇ ਮੈਨੇਜਰ ਦੱਸ ਰਿਹਾ ਸੀ 1,50,000 ਕਿਸੇ ਦਾ ਨਿਕਲ ਗਿਆ, ਉਹ ਵੀ ਸਾਡੇ ਵਾਂਗੂ ਬੈਂਕਾਂ ਦੇ ਪੁਲਿਸ ਵਾਲਿਆਂ ਦੇ ਚੱਕਰ ਲਾ ਰਿਹਾ। ਸਰ, ਕਿੰਨੀ ਕੁ ਅਮਾਊਂਟ ਵਗੈਰਾ ਕਢਾਈ ਗਈ, ਕਿਹੜੀ ਜਗ੍ਹਾ ਤੋਂ ਕਢਾਈ ਗਈ ਆ? ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ?